ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ ਸੋਚ ਸੰਘਰਸ਼ ਤੇ ਸ਼ਹਾਦਤ ਲੇਖਕ ਸਰਦਾਰ ਅਜਮੇਰ ਸਿੰਘ ਭਾਗ ਪਹਿਲਾ ਆਵਾਜ਼ ਭਾਈ ਗੁਰਜੰਟ ਸਿੰਘ ਰੁੱਪਵਾਲੀ ਮੇਰੀ ਅਜਮੇਰ ਸਿੰਘ ਦੀ ਸਰਦਾਰ ਜਸਵੰਤ ਸਿੰਘ ਨਾਲ ਮੁਲਾਕਾਤ ਜੋ ਇਤਿਹਾਸ ਬਣ ਗਈ ਵਾਹੀਗੁਰ ਦੀ ਕਾ ਖਾਲਸਾ ਵਾਹੀਗੁਰ ਦੀ ਕੀ ਫਤਿਹ ਜਸਵੰਤ ਸਿੰਘ ਖਾਲੜਾ ਨਾਲ ਮੇਰਾ ਮੇਲ 47 ਸਾਲ ਪਹਿਲਾਂ ਸਤੰਬਰ 1973 ਵਿੱਚ ਹੋਇਆ ਸੀ ਉਸ ਨੇ ਉਸੇ ਸਾਲ ਕਾਲਜ ਦੀ ਪੜ੍ਹਾਈ ਬੀਏ ਪੂਰੀ ਕੀਤੀ ਸੀ ਅਤੇ ਨੌਕਰੀ ਦੀ ਤਲਾਸ਼ ਵਿੱਚ ਸੀ ਮੇਰਾ ਉਸ ਵੇਲੇ ਰੂਪੋਸ਼ ਜੀਵਨ ਦਾ ਤੀਜਾ ਸਾਲ ਚੱਲ ਰਿਹਾ ਸੀ ਮੈਂ 1970 ਵਿੱਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੀ ਪੜ੍ਹਾਈ ਅਧਵਾਟੇ ਛੱਡ ਕੇ ਨਕਸਲੀ ਲਹਿਰ ਵਿੱਚ ਸ਼ਾਮਲ ਹੋ ਗਿਆ ਸੀ ਉਸ ਵੇਲੇ ਨਕਸਲੀ ਲਹਿਰ ਨੇ ਹਥਿਆਰਬੰਦ ਜੰਗ ਰਹੀ ਭਾਰਤੀ ਰਾਜ ਨੂੰ ਤੈਸ ਨੈਸ ਕਰਨ ਦਾ ਰਾਜਸੀ ਏਜੰਡਾ ਮਿੱਥਿਆ ਹੋਇਆ ਸੀ ਅਤੇ ਇਸ ਨਿਸ਼ਾਨੇ ਨੂੰ ਹਾਸਲ ਕਰਨ ਲਈ 94 ਜੁਝਾਰੀਆਂ ਵੱਲੋਂ ਜਮਾਤੀ ਦੁਸ਼ਮਣਾਂ ਦੇ ਸਫਾਈ ਦੀ ਮੁਹਿੰਮ ਵਿੱਢੀ ਹੋਈ ਸੀ ਪਰ ਭਾਰਤੀ ਰਾਜ ਨੂੰ ਥੋੜੇ ਜਿਹੇ ਜੁਝਾਰੂਆਂ ਦੇ ਦਰਸ਼ਨੀ ਹਥਿਆਰਬੰਦ ਕਾਰਨਾਮਿਆਂ ਰਾਹੀਂ ਤੈਸ ਨੈਸ ਕਰਨ ਦਾ ਸੁਪਨਾ ਦੋ ਕੁ ਸਾਲਾਂ ਵਿੱਚ ਹੀ ਚੱਕਨਾ ਚੂਰ ਹੋ ਗਿਆ ਸੀ ਪੰਜਾਬ ਅੰਦਰ ਡੇਢ ਸਾਲ ਦੇ ਅਰਸੇ ਵਿੱਚ ਪੰਜਾਬ ਪੁਲਿਸ ਨੇ ਆਪਣੇ ਜ਼ਾਲਮ ਮੁਖੀ ਅਸ਼ਵਨੀ ਕੁਮਾਰ ਆਈਜੀ ਦੀ ਅਗਵਾਈ ਹੇਠ 100 ਦੇ ਕਰੀਬ ਨਕਸਲੀ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤਾ ਸੀ ਜਿਸ ਨਾਲ ਨਕਸਲੀ ਲਹਿਰ ਦਾ ਲੱਕ ਟੁੱਟ ਗਿਆ ਸੀ 1972 ਤੱਕ ਜਾ ਕੇ ਪੰਜਾਬ ਦੇ ਸਾਰੇ ਨਕਸਲੀ ਧੜਿਆਂ ਨੇ ਅਮਲੀ ਤੌਰ ਤੇ ਹਥਿਆਰਬੰਦ ਕਾਰਵਾਈਆਂ ਬੰਦ ਕਰ ਦਿੱਤੀਆਂ ਸਨ ਅਤੇ ਫਿਰ ਜਿਵੇਂ ਹਥਿਆਰਬੰਦ ਬਗਾਵਤ ਦੀ ਅਸਫਲਤਾ ਤੋਂ ਬਾਅਦ ਆਮ ਕਰਕੇ ਵਾਪਰਦਾ ਹੈ नक्सली ਲਹਿਰ ਪੂਰ ਅਮਨ ਜਨਤਕ ਸੰਘਰਸ਼ਾਂ ਦੇ ਰਾਹੇ ਪੈ ਗਈ ਸੀ ਬੱਜੇ ਖੁਚੇ ਨਕਸਲੀਆਂ ਨੇ ਪੂਰੇ ਜੋਰ ਸ਼ੋਰ ਨਾਲ ਲੋਕਾਂ ਦੇ ਅੱਡ ਅੱਡ ਵਰਗਾਂ ਦੀਆਂ ਜਨਤਕ ਜਥੇਬੰਦੀਆਂ ਬਣਾਉਣ ਤੇ ਉਹਨਾਂ ਦੇ ਭਗ ਦੇ ਮਸਲਿਆਂ ਤੇ ਜਨਤਕ ਕੋਲ ਜਥੇਬੰਦ ਕਰਨ ਦਾ سلسلہ ਸ਼ੁਰੂ ਕਰ ਦਿੱਤਾ ਸੀ ਇਸ ਮਕਸਦ ਵਾਸਤੇ ਸਮਾਜ ਅੰਦਰੋਂ ਇਨਕਲਾਬੀ ਜਜ਼ਬਾ ਰੱਖਣ ਵਾਲੇ ਜੋ ਸ਼ੀਲੇ ਨੌਜਵਾਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਅੱਡ ਅੱਡ ਫਰੰਟਾਂ ਉੱਤੇ ਸਰਗਰਮੀ ਵਿੱਚ ਪਾਇਆ ਜਾਂਦਾ ਸੀ ਰੂਪੋਸ਼ ਬੰਦੇ ਪਰਦੇ ਦੇ ਪਿੱਛੇ ਰਹਿ ਕੇ ਸਾਰੇ ਅਮਲ ਦੀ ਨਿਗਰਾਨੀ ਤੇ ਅਗਵਾਈ ਕਰਦੇ ਸਨ ਸੋ ਮੈਂ ਇਸ ਭੂਮਿਕਾ ਵਿੱਚ ਜਸਵੰਤ ਸਿੰਘ ਖਾਲੜਾ ਨੂੰ ਭਿੱਖੀ ਪਿੰਡ ਦੇ ਨੇੜੇ ਪੂਲੇ ਪਿੰਡ ਵਿੱਚ ਰਗਵੀਰ ਸਿੰਘ ਦੇ ਘਰ ਉਹ ਚੇਚਾ ਬੁਲਾ ਕੇ ਮਿਲਿਆ ਸੀ ਰਗਵੀਰ ਸਿੰਘ ਨਾਲ ਮੇਰੀ ਜਾਣ ਪਛਾਣ ਵਰਿਆਮ ਸਿੰਘ ਸੰਧੂ ਰਾਹੀਂ ਹੋਈ ਸੀ ਅਤੇ ਉਹ ਉਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਮੇਰੀ ਦੇਖ ਰੇਖੇ ਹੇਠ ਨੌਜਵਾਨ ਭਾਰਤ ਸੰਭਾਵਾਂ ਬਣਾਉਣ ਵਿੱਚ ਮੂਰੀ ਰੋਲ ਅਦਾ ਕਰ ਰਿਹਾ ਸੀ ਜਸਵੰਤ ਸਿੰਘ ਖਾਲੜਾ ਦੀ 10ਵੀਂ ਵਰਿਆਮ ਸਿੰਘ ਸੰਧੂ ਨੇ ਹੀ ਪਾਈ ਸੀ ਜਸਵੰਤ ਸਿੰਘ ਨਾਲ ਮੇਰੀ ਲਗਭਗ 3 ਘੰਟਿਆਂ ਤੱਕ ਲੰਬੀ ਚੌੜੀ ਗੱਲਬਾਤ ਹੋਈ ਸੀ ਜਿਸ ਵਿੱਚ ਸਾਡੀ ਜਥੇਬੰਦੀ ਦੀ ਵਿਚਾਰਧਾਰਾ ਰਾਜਨੀਤਿਕ ਉਦੇਸ਼ ਤੇ ਕਾਰਵਿਹਾਰ ਦੀ ਵਿਧੀ ਤੋਂ ਲੈ ਕੇ ਕੋ ਮੰਤਰੀ ਹਾਲਾਤਾਂ ਦਾ ਭਰਮਾ ਵਿਸ਼ਲੇਸ਼ਣ ਆਦ ਮੁੱਦੇ ਵਿਚਾਰੇ ਗਏ ਸਨ ਜਸਵੰਤ ਸਿੰਘ ਨੇ ਸਾਰੀ ਗੱਲਬਾਤ ਡੂੰਘੇ ਧਿਆਨ ਨਾਲ ਸੁਣੀ ਸੀ ਅਤੇ ਉਸ ਨੇ ਵੱਧ ਸਪਸ਼ਟ ਹੋਣ ਲਈ ਕਾਫੀ ਸਵਾਲ ਵੀ ਪੁੱਛੇ ਸਨ ਸਾਰੀ ਗੱਲਬਾਤ ਤੋਂ ਬਾਅਦ ਉਸ ਨੇ ਸਾਡੀ ਜਥੇਬੰਦੀ ਦੇ ਨਾਲ ਰਲ ਕੇ ਕੰਮ ਕਰਨ ਦੀ ਹਾਮੀ ਭਰ ਦਿੱਤੀ ਸੀ ਇਸ ਤਰ੍ਹਾਂ ਉਸ ਤੋਂ ਬਾਅਦ ਉਸ ਨਾਲ ਮਿਲਣਾ ਜੁਲਣਾ ਆਮ ਹੋ ਗਿਆ ਸੀ ਸਾਡੇ ਵੱਲੋਂ ਬਣਾਈਆਂ ਜਾਂਦੀਆਂ ਜਨਤਕ ਜਥੇਬੰਦੀਆਂ ਖੁੱਲੇ ਰੂਪ ਵਿੱਚ ਕੰਮ ਕਰਦੀਆਂ ਸਨ ਪਰ ਸਾਡੀ ਰਾਸ ਸੀ ਜਥੇਬੰਦੀ ਗੁਪਤ ਰੂਪ ਵਿੱਚ ਵਿਚਰਦੀ ਸੀ ਇਸ ਦਾ ਜਥੇਬੰਦਕ ਢਾਂਚਾ ਗੁਪਤ ਸੀ ਇਸ ਦੀ ਮੈਂਬਰਸ਼ਿਪ ਦੀਆਂ ਸ਼ਰਤਾਂ ਕਰੜੀਆਂ ਸਨ ਅਤੇ ਮੈਂਬਰਸ਼ਿਪ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਸੀ। ਜਥੇਬੰਦੀ ਨਾਲ ਜੁੜਨ ਵਾਲੇ ਨਵੇਂ ਵਰਕਰਾਂ ਦੀ ਸਿਧਾਂਤਕ ਸੂਝ-ਬੂਝ, ਨਿਸ਼ਟਾ ਤੇ ਇਨਕਲਾਬੀ ਲਗਨ ਬਾਰੇ ਤਸੱਲੀ ਹੋ ਜਾਣ ਤੋਂ ਬਾਅਦ ਹੀ ਉਹਨਾਂ ਨੂੰ ਮੈਂਬਰ ਲਿਆ ਜਾਂਦਾ ਸੀ। ਇਸ ਤਰੀਕੇ ਨਾਲ ਜਸਵੰਤ ਸਿੰਘ ਨੂੰ 6 ਕੁ ਮਹੀਨਿਆਂ ਬਾਅਦ ਗੁਪਤ ਰਾਸੀ ਜਥੇਬੰਦੀ ਦਾ ਮੈਂਬਰ ਲੈ ਲਿਆ ਗਿਆ ਸੀ। ਅਰ ਚਲ ਤਾਂ ਦਸਤੂਰ ਮੁਤਾਬਕ ਜਸਵੰਤ ਸਿੰਘ ਨੂੰ ਮੈਂਬਰ ਬਣਾਉਣ ਮੌਕੇ ਉਸ ਦਾ ਪਾਰਟੀ ਅੰਦਰ ਫਰਜੀ ਨਾਂ ਜਗਦੀਪ ਰੱਖਿਆ ਗਿਆ ਸੀ ਉਸ ਵੇਲੇ ਮੇਰਾ ਨਾਂ ਗੁਰਮੀਤ ਸਿੰਘ ਚੱਲਦਾ ਸੀ ਨਾ ਕਿ ਅਜਮੇਰ ਸਿੰਘ ਇਹ 1974 ਦੇ ਫਰਵਰੀ ਜਾਂ ਮਾਰਚ ਮਹੀਨੇ ਦੀ ਗੱਲ ਹੈ ਜਿਸ ਮੀਟਿੰਗ ਵਿੱਚ ਉਸ ਨੂੰ ਮੈਂਬਰ ਲੈਣ ਦਾ ਫੈਸਲਾ ਹੋਇਆ ਸੀ ਉਹ ਮੀਟਿੰਗ ਪਿੰਡ ਬੋਲੇਵਾਲ ਦੇ ਕਾਮਰੇਡ ਸਵਰਨ ਸਿੰਘ ਦੇ ਘਰ ਹੋਈ ਸੀ ਇਹ ਪਿੰਡ ਬੋਲੇਵਾਲ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਦੀ ਹੱਦ ਉੱਤੇ ਗੁਰਦਾਸਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਜੋ ਅੰਮ੍ਰਿਤਸਰ ਸ੍ਰੀ ਹਰਗੋਬਿੰਦ ਸੜਕ ਤੋਂ 4 ਕਿਲੋਮੀਟਰ ਦੀ ਦੂਰੀ ਤੇ ਹੈ 1977-78 ਵਿੱਚ ਜਾ ਕੇ ਕਈ ਕਾਰਨਾਂ ਦੇ ਮੌਕਾ ਮੇਲ ਕਰਕੇ ਪੰਜਾਬ ਦੀ ਨਕਸਲੀ ਲਹਿਰ ਵਿੱਚ ਬਹੁਤ ਸਾਰੀ ਵਿਚਾਰਧਾਰਕ ਉਥਲ-ਪੁਥਲ ਜਥੇਬੰਦ ਟੁੱਟ-ਫੋਟ ਤੇ ਨਵੀਂ ਪਾਲਾਬੰਦੀ ਦਾ ਅਮਲ ਛੇੜ ਪਿਆ ਸੀ ਉਸ ਦੌਰਾਨ ਸਾਡੀ ਜਥੇਬੰਦੀ ਦੇ ਅੰਦਰ ਵਾਪਰੇ ਕੁਝ ਨਾ ਖੁਸ਼ਗਵਾਰ ਰੁਝਾਨਾ ਕਰਕੇ ਜਸਵੰਤ ਸਿੰਘ ਖਾਲੜਾ ਇਸ ਨਾਲੋਂ ਅਲੱਗ ਹੋ ਗਿਆ ਸੀ ਜਿਸ ਕਰਕੇ ਉਸ ਤੋਂ ਬਾਅਦ ਕਾਫੀ ਸਾਲ ਉਸ ਨਾਲ ਮੇਲਜੋਲ ਬਹੁਤ ਘਟ ਗਿਆ ਸੀ 1978 ਤੋਂ ਬਾਅਦ ਮੇਰੇ ਕੰਮ ਦਾ ਖੇਤਰ ਬਦਲ ਗਿਆ ਸੀ ਜਿਸ ਕਰਕੇ ਮੇਰਾ ਮਾਝਾ ਖੇਤਰ ਨਾਲੋਂ ਸੰਪਰਕ ਟੁੱਟ ਗਿਆ ਸੀ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਕਹਿਰਵਾਨ ਹਮਲੇ ਨੇ ਸਿੱਖੀ ਪਛੋਕੜ ਤੋਂ ਆਏ ਬਹੁਤ ਸਾਰੇ ਨਕਸਲੀਆਂ ਅੰਦਰ ਸਿੱਖੀ ਦਾ ਦੱਬਿਆ ਹੋਇਆ ਜਜ਼ਬਾ ਇੱਕਦਮ ਸੁਰਜੀਤ ਕਰ ਦਿੱਤਾ ਸੀ। ਉਹਨਾਂ ਦਾ ਕਮਿਊਨਿਸਟ ਵਿਚਾਰਧਾਰਾ ਤੋਂ ਮੋਹ ਭੰਗ ਹੋ ਗਿਆ ਸੀ। ਸੋ ਇਹਨਾਂ ਹਾਲਾਤਾਂ ਵਿੱਚ ਮੇਰੇ ਤੇ ਜਸਵੰਤ ਸਿੰਘ ਦੇ ਰਾਹ ਮੁੜ ਇਕੱਠੇ ਹੋ ਗਏ ਸਨ। ਪਰ ਅਸੀਂ ਜਥੇਬੰਦਕ ਤੌਰ ਤੇ ਅਲੱਗ-ਅਲੱਗ ਹੀ ਰਹੇ ਅਤੇ ਕਦੇ-ਕਦਾਈਂ ਸਬੱਬੀ ਮੇਲ ਹੋ ਜਾਂਦਾ ਰਿਹਾ ਅਸੀਂ ਆਪਣੀ ਜਥੇਬੰਦੀ ਵੱਲੋਂ ਇੱਕ ਖੁੱਲਾ ਮਾਸਿਕ ਪਰਚਾ ਜਨਤਕ ਪੈਗਾਮ ਛਾਪਦੇ ਰਹੇ ਜਿਸ ਵਿੱਚੋਂ ਸਾਡੀ ਸੋਚ ਤੇ ਸਰਗਰਮੀਆਂ ਦਾ ਪਤਾ ਚੱਲਦਾ ਰਹਿੰਦਾ ਸੀ ਉਧਰ ਜਸਵੰਤ ਸਿੰਘ ਵੀ ਆਪਣੇ ਪੱਧਰ ਤੇ ਲਗਾਤਾਰ ਸਰਗਰਮੀਆਂ ਕਰਦਾ ਰਿਹਾ ਸੀ ਪਰ ਸਾਨੂੰ ਉਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ ਕਦੇ-ਕਦਾਈਂ ਅਖਬਾਰਾਂ ਵਿੱਚ ਛਪੀਆਂ ਖਬਰਾਂ ਤੋਂ ਹੀ ਮੋਟਾ ਜਿਹਾ ਅੰਦਾਜ਼ਾ ਲੱਗਦਾ ਸੀ ਉਸ ਦੀ ਸੋਚ ਤੇ ਸਰਗਰਮੀਆਂ ਬਾਰੇ ਵੱਧ ਜਾਣਕਾਰੀ ਉਸ ਦੀ ਸ਼ਹਾਦਤ ਤੋਂ ਬਾਅਦ ਹੀ ਮਿਲੀ ਸੀ ਸਾਲ ਗੁਜ਼ਰਦੇ ਗਏ ਅਤੇ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਕੋ ਮੰਤਰੀ ਪਦਰ ਤੇ ਵਿਆਪਕ ਚਰਚਾ ਹੁੰਦੀ ਰਹੀ ਉਸ ਵੱਲੋਂ ਅਪ੍ਰੈਲ 1995 ਵਿੱਚ ਟੋਰਾਂਟੋ ਕੈਨੇਡਾ ਦੇ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ ਇਤਿਹਾਸਕ ਸਪੀਚ ਮੈਂ ਪਹਿਲੀ ਵਾਰ 2003 ਵਿੱਚ ਆਪਣੀ ਅਮਰੀਕਾ ਦੀ ਪਹਿਲੀ ਫੇਰੀ ਦੌਰਾਨ ਵੀਸੀਆਰ ਤੇ ਸੁਣੀ ਉਸ ਸਪੀਚ ਸੁਣਨ ਤੋਂ ਬਾਅਦ ਮੇਰੇ ਲਈ ਜਸਵੰਤ ਸਿੰਘ ਦੀ ਸੋਚ ਤੇ ਉਸ ਦੇ ਜੀਵਨ ਅੰਦਰ ਆਈ ਭਾਰੀ ਤਬਦੀਲੀ ਬਾਰੇ ਅੰਦਾਜ਼ਾ ਲਾਉਣਾ ਔਖਾ ਨਹੀਂ ਰਿਹਾ ਸੀ ਹੌਲੀ-ਹੌਲੀ ਉਸ ਵੱਲੋਂ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਕੀਤੇ ਮਹਾਨ ਕਾਰਜ ਦੀ ਪੂਰੀ ਤਸਵੀਰ ਉਗੜਾਈ ਸੀ ਅਤੇ ਉਸ ਦੇ ਕਾਰਜ ਤੇ ਕੁਰਬਾਨੀ ਨੂੰ ਵਿਆਪਕ ਪੱਧਰ ਤੇ ਮਾਨਤਾ ਹਾਸਲ ਹੋ ਗਈ ਸੀ ਪਾਰਿਸ ਸਾਰੇ ਅਮਲ ਦੌਰਾਨ ਉਸ ਦਾ ਸ਼ਖਸੀ ਅਤੇ ਵਿਚਾਰ ਧਾਰਕ ਤੇ ਰਾਜਸੀ ਪੱਖ ਪੂਰਾ ਪ੍ਰਗਟ ਨਹੀਂ ਹੋ ਸਕਿਆ ਸੀ 5-6 ਸਾਲ ਪਹਿਲਾਂ ਮੇਰੀ ਇੰਗਲੈਂਡ ਦੀ ਫੇਰੀ ਦੌਰਾਨ ਜਸਵੰਤ ਸਿੰਘ ਖਾਲੜਾ ਦੇ ਸਭ ਤੋਂ ਛੋਟੇ ਭਰਾ ਅਮਰਜੀਤ ਸਿੰਘ ਖਾਲੜਾ ਨਾਲ ਅਚਾਨਕ ਮੇਲ ਹੋ ਗਿਆ ਸੀ ਮੈਂ ਉਸ ਨੂੰ 1977-78 ਤੋਂ ਬਾਅਦ ਲਗਭਗ 35 ਸਾਲਾਂ ਬਾਅਦ ਮਿਲਿਆ ਸੀ 1974-75 ਵਿੱਚ ਜਦੋਂ ਉਹ ਸਕੂਲ ਵਿੱਚ ਪੜਦਾ ਸੀ ਤਾਂ ਜਦੋਂ ਅਸੀਂ ਕਦੇ ਜਸਵੰਤ ਸਿੰਘ ਦੇ ਘਰ ਜਾਣਾ ਉਹ ਭੱਜ ਭੱਜ ਕੇ ਸਾਨੂੰ ਚਾਹ ਪਾਣੀ ਜਾਂ ਪ੍ਰਸ਼ਾਦੇ ਛਕਾਉਣ ਦੀ ਸੇਵਾ ਕਰਦਾ ਹੁੰਦਾ ਸੀ ਅਮਰਜੀਤ ਸਿੰਘ ਮੇਰੇ ਨਾਲ ਜਸਵੰਤ ਸਿੰਘ ਬਾਰੇ ਲੰਮਾ ਚਿਰ ਗੱਲਾਂ ਕਰਦਾ ਰਿਹਾ ਉਹ ਆਪ 1981 ਤੱਕ ਵਿਦਿਆਰਥੀ ਜੀਵਨ ਦੌਰਾਨ ਜਸਵੰਤ ਸਿੰਘ ਦਾ ਇਨਕਲਾਬੀ ਕਾਰਜਾਂ ਵਿੱਚ ਸਰਗਰਮ ਸਾਥ ਦਿੰਦਾ ਰਿਹਾ ਸੀ ਜਿਸ ਕਰਕੇ ਉਸ ਨੂੰ ਜਸਵੰਤ ਸਿੰਘ ਦੀ ਰਾਜਨੀਤਿਕ ਸੋਚ ਤੇ ਵਿਚਾਰਧਾਰਾ ਬਾਰੇ ਡੂੰਗੀ ਸਮਝ ਸੀ ਉਸ ਦੀਆਂ ਗੱਲਾਂ ਸੁਣਨ ਤੋਂ ਬਾਅਦ ਮੇਰੀ ਜਸਵੰਤ ਸਿੰਘ ਦੇ ਰਾਸੀ ਪੱਖ ਵਿੱਚ ਰੁਚੀ ਹੋਰ ਵੱਧ ਗਈ ਸੀ ਉਸ ਤੋਂ 2 ਕੁ ਸਾਲਾਂ ਬਾਅਦ ਇੱਕ ਵਾਰ ਜਦੋਂ ਅਮਰਜੀਤ ਸਿੰਘ ਪੰਜਾਬ ਆਇਆ ਹੋਇਆ ਸੀ ਤਾਂ ਉਸ ਨੇ ਮੈਨੂੰ ਮਿਲਣ ਦੀ ਉਹ ਚੇਚੀ ਇੱਛਾ ਪ੍ਰਗਟਾਈ ਉਹ ਜਦੋਂ ਮੈਨੂੰ ਮਿਲਿਆ ਉਸ ਕੋਲ ਕਾਗਜ਼ਾਂ ਦਾ ਵੱਡਾ ਝੋਲਾ ਭਰਿਆ ਹੋਇਆ ਸੀ ਉਸ ਨੇ ਦੱਸਿਆ ਕਿ ਇਸ ਵਿੱਚ ਜਸਵੰਤ ਸਿੰਘ ਵੱਲੋਂ ਲਿਖੀਆਂ ਬਹੁਤ ਸਾਰੀਆਂ ਛਪੀਆਂ ਤੇ ਅਣਛਪੀਆਂ ਲਿਖਤਾਂ ਹਨ ਅਤੇ ਨਾਲ ਹੀ ਉਸ ਵੱਲੋਂ ਕੀਤੇ ਕਾਰਜਾਂ ਤੇ ਉਸ ਦੀ ਸ਼ਹਾਦਤ ਨਾਲ ਸੰਬੰਧਿਤ ਬਹੁਤ ਸਾਰੀਆਂ ਅਖਬਾਰੀ ਰਿਪੋਰਟਾਂ ਤੇ ਕਾਤਰਾਂ ਹਨ ਉਸ ਨੇ ਸਾਰੀ ਸਮੱਗਰੀ ਮੈਨੂੰ ਸੌਂਪ ਦਿੱਤੀ ਅਤੇ ਨਾਲ ਹੀ ਇਸ ਦੇ ਆਧਾਰ ਤੇ ਜਸਵੰਤ ਸਿੰਘ ਬਾਰੇ ਲਿਖਣ ਦੀ ਪ੍ਰਜ਼ੋਰ ਬੇਨਤੀ ਕੀਤੀ ਮੈਂ ਉਸ ਵੇਲੇ ਆਪਣੇ ਕਿਸੇ ਹੋਰ ਲੇਖਣ ਕਾਰਜ ਵਿੱਚ ਰੁੱਝਿਆ ਹੋਇਆ ਸੀ ਅਤੇ ਉਸ ਕਾਰਜ ਨੂੰ ਵਿੱਚੇ ਛੱਡ ਕੇ ਉਸ ਵੇਲੇ ਜਸਵੰਤ ਸਿੰਘ ਬਾਰੇ ਲੇਖ ਸਕਣਾ ਮੇਰੇ ਲਈ ਸੰਭਵ ਨਹੀਂ ਸੀ ਮੈਂ ਅਮਰਜੀਤ ਸਿੰਘ ਨੂੰ ਆਪਣੀ ਇਹ ਮੁਸ਼ਕਲ ਦੱਸੀ ਅਤੇ ਉਸ ਨੂੰ ਇਹ ਸੁਝਾਅ ਦਿੱਤਾ ਕਿ ਜਸਵੰਤ ਸਿੰਘ ਬਾਰੇ ਲਿਖਣ ਦੀ ਸੇਵਾ ਕਿਸੇ ਹੋਰ ਵਿਅਕਤੀ ਤੋਂ ਲੈ ਲਈ ਜਾਵੇ ਮੈਂ ਇਸ ਬਾਰੇ ਉਸ ਨੂੰ ਇੱਕ ਦੋ ਨਾਮ ਵੀ ਸੁਝਾਏ ਪਰ ਉਹ ਇਸ ਦੇ ਲਈ ਸਹਿਮਤ ਨਾ ਹੋਇਆ ਅਤੇ ਮੇਰੇ ਕੋਲੋਂ ਲਿਖਾਉਣ ਬਾਰੇ ਜਿੱਦ ਕਰਦਾ ਰਿਹਾ ਮੈਂ ਅਣਮੰਨੇ ਚੇਤ ਨਾਲ ਉਸ ਕੋਲੋਂ ਸਾਰੇ ਕਾਗਜ਼ ਪੱਤਰ ਫੜ ਲਏ ਅਤੇ ਉਸ ਨਾਲ ਆਪਣਾ ਹੱਥ ਲਾ ਕਾਮਨ ਬੇੜਨ ਤੋਂ ਬਾਅਦ ਹੀ ਲਿਖਣ ਦਾ ਵਾਅਦਾ ਕਰ ਲਿਆ ਪਰ ਮੇਰਾ ਲਿਖਣ ਦਾ ਕਾਰਜ ਵੱਧਦਾ ਚਲਾ ਗਿਆ ਅਤੇ ਇਸ ਤਰ੍ਹਾਂ ਤਕਰੀਬਨ 2 ਸਾਲ ਲੰਘ ਗਏ ਪਰ ਅਮਰਜੀਤ ਸਿੰਘ ਨੇ ਸਾਰੇ ਸਮੇਂ ਦੌਰਾਨ ਮੇਰੇ ਉੱਤੇ ਲਗਾਤਾਰ اخਲਾਕੀ ਦਬਾਅ ਪਾਈ ਰੱਖਿਆ ਅਖੀਰ ਇਸ ਸਾਲ ਜਦੋਂ ਉਹ ਨਿਯਮ ਮੁਤਾਬਕ ਜਨਵਰੀ ਦੇ ਮਹੀਨੇ ਵਿੱਚ ਪੰਜਾਬ ਆਇਆ ਹੋਇਆ ਸੀ ਤਾਂ ਉਸ ਨੇ ਮੈਨੂੰ ਫੇਰ ਮੇਰਾ ਵਾਅਦਾ ਚੇਤੇ ਕਰਾਇਆ ਉਸ ਵੇਲੇ ਮੇਰੀ ਸਿਹਤ ਭਾਵੇਂ ਬਹੁਤੀ ਠੀਕ ਨਹੀਂ ਚੱਲ ਰਹੀ ਸੀ ਪਰ ਫਿਰ ਵੀ ਇਸ ਵਾਰ ਮੈਂ ਉਸ ਨੂੰ ਨਾ ਕਹਿਣ ਦੀ ਹਿੰਮਤ ਨਾ ਕਰ ਸਕਿਆ ਮੈਂ ਮਾਰਚ ਦੇ ਸ਼ੁਰੂ ਜੇ ਵਿੱਚ ਦ੍ਰਿੜ ਇਰਾਦਾ ਧਾਰ ਕੇ ਲਿਖਣਾ ਸ਼ੁਰੂ ਕਰ ਦਿੱਤਾ ਜਦੋਂ ਮੈਂ ਅਮਰਜੀਤ ਸਿੰਘ ਵੱਲੋਂ ਦਿੱਤਾ ਝੋਲਾ ਫਰੋਲ ਕੇ ਦੇਖਿਆ ਤਾਂ ਮੈਨੂੰ ਇਹ ਦੇਖ ਕੇ ਹੈਰਾਨੀ ਦੇ ਨਾਲ ਖੁਸ਼ੀ ਵੀ ਹੋਈ ਕਿ ਉਸਨੇ ਜਸਵੰਤ ਸਿੰਘ ਦੀ ਹਰ ਲਿਖਤ ਤੇ ਵਸਤੂ ਨੂੰ 20 ਸਾਲਾਂ ਤੋਂ ਬਹੁਤ ਇhtਿਆਤ ਨਾਲ ਸੰਭਾਲ ਕੇ ਰੱਖਿਆ ਹੋਇਆ ਸੀ ਇਸ ਨਾਲ ਮੇਰਾ ਲੇਖਣ ਦਾ ਕਾਰਜ ਕਾਫੀ ਆਸਾਨ ਹੋ ਗਿਆ ਸੀ ਪਰ ਜਸਵੰਤ ਸਿੰਘ ਦੀਆਂ ਲਿਖਤਾਂ ਤੇ ਉਸ ਨਾਲ ਸੰਬੰਧਿਤ ਅਖਬਾਰਾਂ ਦੀਆਂ ਰਿਪੋਰਟਾਂ ਤੇ ਕਾਤਰਾਂ ਤੋਂ ਹੀ ਉਸ ਦੀ ਸਮੁੱਚੀ ਸੋਚ ਤੇ ਸ਼ਖਸੀਅਤ ਦਾ ਸਹੀ ਅਨੁਮਾਨ ਲਾ ਸਕਣਾ ਸੰਭਵ ਨਹੀਂ ਸੀ ਇਸ ਦੇ ਵਾਸਤੇ ਉਸ ਨਾਲ ਲੰਮਾ ਸਮਾਂ ਕੰਮ ਕਰਦੇ ਰਹੇ ਉਸ ਦੇ ਸਾਥੀਆਂ ਨੂੰ ਮਿਲਣਾ ਤੇ ਉਹਨਾਂ ਤੋਂ ਜਸਵੰਤ ਸਿੰਘ ਦੀ ਸ਼ਖਸੀਅਤ ਤੇ ਉਸ ਦੇ ਕਾਰਜਾਂ ਬਾਰੇ ਭਰਵੀਂ ਜਾਣਕਾਰੀ ਲੈਣੀ ਜ਼ਰੂਰੀ ਸੀ ਪਰ ਬਦਕਿਸਮਤੀ ਨਾਲ ਉਸੇ ਹੀ ਸਮੇਂ ਦੌਰਾਨ ਕੋਰੋਨਾ ਵਾਇਰਸ ਦਾ ਚੱਕਰ ਪੈ ਗਿਆ ਅਤੇ ਸਖਤੀ ਨਾਲ ਲਾਗੂ ਕੀਤੇ ਗਏ ਲਾਕਡਾਊਨ ਕਰਕੇ ਆਉਣਾ ਜਾਣਾ ਅਸੰਭਵ ਹੋ ਗਿਆ ਸੀ ਇਸ ਵਜ੍ਹਾ ਕਰਕੇ ਜਸਵੰਤ ਸਿੰਘ ਦੇ ਸਾਥੀਆਂ ਨਾਲ ਜਿਸ ਮਾਨੀ ਮੁਲਾਕਾਤਾਂ ਦੀ ਥਾਂ ਤੇ ਬਿਜਲਈ ਸਾਧਨਾ ਈਮੇਲ ਤੇ ਵਟਸਐਪ ਦੇ ਜ਼ਰੀਏ ਹੀ ਰਾਬਤਾ ਬਣ ਸਕਿਆ ਪਰ ਇਸ ਮਾਮਲੇ ਵਿੱਚ ਅਮਰਜੀਤ ਸਿੰਘ ਨੇ ਮੇਰੀ ਲਗਾਤਾਰ ਪੂਰੀ ਮਦਦ ਕੀਤੀ ਉਸ ਨੇ ਮੈਨੂੰ ਸਾਰਿਆਂ ਦੇ ਫੋਨ ਨੰਬਰ ਦਿੱਤੇ ਅਤੇ ਸਾਰਿਆਂ ਨੂੰ ਆਪ ਸੁਨੇਹੇ ਭੇਜ ਕੇ ਮੇਰੇ ਨਾਲ ਸੰਪਰਕ ਕਰਨ ਲਈ ਪ੍ਰੇਰਿਤ ਜਸਵੰਤ ਸਿੰਘ ਦੇ ਸਾਰੇ ਹੀ ਸਾਥੀਆਂ ਦਾ ਰਵਈਆ ਬੇਹਦ ਹਾਂ ਪੱਖੀ ਰਿਹਾ ਉਹਨਾਂ ਨੇ ਮੇਰੀ ਹਰ ਪੁੱਛ ਗਿਛ ਦਾ ਤੁਰੰਤ ਜਵਾਬ ਦਿੱਤਾ ਅਤੇ ਜਿਸ ਕੋਲ ਜੋ ਵੀ ਲਿਖਤੀ ਸਮੱਗਰੀ ਪਈ ਸੀ ਉਹ ਖੁੱਲ੍ਹ ਦਿਲੀ ਨਾਲ ਮੇਰੇ ਨਾਲ ਸਾਂਝੀ ਕੀਤੀ ਇਸ ਵਰਦਮੂਲੇ ਸਹਿਯੋਗ ਲਈ ਮੈਂ ਇਨ੍ਹਾਂ ਵਿਅਕਤੀਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਗੁਰਪ੍ਰੀਤ ਸਿੰਘ ਪਲਾਸਾਓ ਰਜੀਵ ਸਿੰਘ ਰੰਧਾਵਾ ਹਰਦੇਵ ਸਿੰਘ ਕਰਿਆਲਾ ਸਾਬਕਾ ਡਿਪਟੀ ਡਾਇਰੈਕਟਰ ਸਰਕਾਰੀ ਬਾਗਬਾਨੀ ਵਿਭਾਗ ਪੰਜਾਬ ਬਲਵਿੰਦਰ ਸਿੰਘ ਝੰਬਾਲ ਸਤਨਾਮ ਸਿੰਘ ਅਮੀਸ਼ਾ ਜਸਵੀਰ ਸਿੰਘ ਪੱਟੀ ਕੁਲਵੰਤ ਸਿੰਘ ਪੱਧਰੀ ਅਤੇ ਬੀਬੀ ਸੁਖਜੀਤ ਕੌਰ ਬਰਾੜ ਸੁਪਤਨੀ ਸਰਦਾਰ ਹਰਭਜਨ ਸਿੰਘ ਬਰਾੜ ਸਰਦਾਰ ਜਸਪਾਲ ਸਿੰਘ ਢਿੱਲੋਂ ਤੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਵੱਲੋਂ ਦਿੱਤੀ ਬਹੁਮੁੱਲੀ ਜਾਣਕਾਰੀ ਤੋਂ ਬਿਨਾ ਇਹ ਲਿਖਤ ਮੁਕੰਮਲ ਨਹੀਂ ਹੋ ਸਕਣੀ ਸੀ ਇਸ ਕਰਕੇ ਮੈਂ ਇਹਨਾਂ ਦਾ ਉਚੇਚਾ ਧੰਨਵਾਦੀ ਹਾਂ ਬਰਿਆਮ ਸਿੰਘ ਸੰਧੂ ਵੱਲੋਂ ਜਸਵੰਤ ਸਿੰਘ ਨਾਲ ਮੇਰੀ ਜਾਣ ਪਛਾਣ ਕਰਾਉਣ ਦੀ ਕੋਈ ਵੀ ਕੀਮਤ ਅਦਾ ਨਹੀਂ ਕੀਤੀ ਜਾ ਸਕਦੀ ਇਸ ਤੋਂ ਇਲਾਵਾ ਵੀ ਉਸ ਵੱਲੋਂ ਹੱਥ ਲਿਖਤ ਲਈ ਮੈਨੂੰ ਲੋੜੀਂਦੀ ਜਾਣਕਾਰੀ ਦੇਣ ਲਈ ਉਸ ਦਾ ਹਾਰਦਿਕ ਸ਼ੁਕਰੀਆ ਅਦਾ ਕਰਦਾ ਹਾਂ ਅਖੀਰ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀਆਂ ਕਨੇਡਾ ਦੀਆਂ ਦੋ ਫੇਰੀਆਂ ਬਾਰੇ ਵਿਸਥਾਰਤ ਜਾਣਕਾਰੀ ਦੇਣ ਲਈ ਟੋਰਾਂਟੋ ਨਿਵਾਸੀ ਸਰਦਾਰ ਅਜੀਤ ਸਿੰਘ ਸਹੋਤਾ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਥੋੜਾ ਹੋਵੇਗਾ ਉਨ੍ਹਾਂ ਦੇ ਮਨ ਅੰਦਰ ਜਸਵੰਤ ਸਿੰਘ ਖਾਲੜਾ ਪ੍ਰਤੀ ਅਥਾ ਸਨੇਹ ਤੇ ਸ਼ਰਧਾ ਭਾਵਨਾ ਹੈ ਜਿਸ ਕਰਕੇ ਉਹਨਾਂ ਨੇ ਆਪਣੇ ਜ਼ਰੂਰੀ ਕੰਮ ਵਿੱਚੋਂ ਛੱਡ ਕੇ ਮੈਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਨ ਵਿੱਚ ਕਦੇ ਵੀ ਢਿੱਲ ਨਹੀਂ ਵਰਤੀ। ਅਜਮੇਰ ਸਿੰਘ ਮੰਡੀਕਲਾਂ ਜ਼ਿਲ੍ਹਾ ਬਠਿੰਡਾ 6 ਸਤੰਬਰ 2020 ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ ਸੋਚ ਸੰਘਰਸ਼ ਤੇ ਸ਼ਹਾਦਤ ਲੇਖਕ ਅਜਮੇਰ ਸਿੰਘ ਭਾਗ ਪਹਿਲਾ ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ ਪੂਰੀ ਕਿਤਾਬ ਸੁਣਨ ਲਈ ਗੁਰਜੰਟ ਸਿੰਘ ਰੂਪਵਾਲੀ YouTube ਚੈਨਲ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ